145वां लारा, 146वां लारा, 147वां लारा, 148वां लारा, 149वां लारा। हो तैनूं अज तक, हो तैनूं अज तक प्यार दियां रमज़ाना आईयां, रमज़ाना आईयां तैनूं समझाना आईयां, तैनूं अज तक प्यार दियां रमज़ाना आईयां तैनूं समझाना आईयां। जेड़े चले नी मैं चेते तैनूं सारे आउणगे, चले नी मैं चेते तैनूं सारे आउणगे, तेरे मेरे जे प्यार उत्ते लिखा मैं किता नी, पहले 150 पन्ने ते तेरे लारे होणगे नी, तेरे 150 पन्ने ते आहे होणगे, पहले 150 पन्ने ते ताडे लारे होणगे। अच्छा मतलब हुण तुसी भी इत्थे आ, मैं भी इत्थे आ, ते लारे वाली किताब भी इत्थे आ, ते बस मिलाओ हाथ। How are you? मतलब you good? I am fine. ते हुण अपनी लव स्टोरी हो जाएगी पूरी, हां पूरी हो जाएगी। सुपने लई दे वाले चलो आज से करो। तुसी कैंट लग रहे हो। हां नहीं चलो ऑलवेज ऑलवेज ओके थैंक यू। अच्छा मैनू ये दसो पहला तुसी कि तड़ा गाना आया सीगा ना कि केड़े खसमा खाने ने तेनु चकता नहीं मेरे बारे दस बदी, पटता चकता चकता है ना, चकता नहीं मेरे बारे दस बदी है ना। हां जी वो गाने दे विच ता सानू पता लग गया जिन्ने चक्या सी ओदी ते तुसी दस छित्र ट्रेड कीती ही। असल लाइफ च वे दा कदी होया कुछ कि किसी ने सच्ची च चक दित्ता होवे ता मुड़ के तुसी ओदे नाल की कीता होवे? जेड़ी चक्के हो गई ਉਹਨੂੰ ਮੇਰੇ ਪਿਆਰ ਤੇ ਯਕੀਨ ਹੀ ਹੈ ਨਹੀਂ, ਫਿਰ ਕੀ ਫਾਇਦਾ। ਇਹ ਵੀ ਗੱਲ, ਫਿਰ ਵੀ ਕਦੀ ਕਦੀ ਹੁੰਦਾ ਨਾ ਕਿ ਵੀ ਹਾਂ, ਪਰ ਆਪਾਂ ਉਹਨੂੰ ਚੱਕ ਲਈਦਾ ਦੂਜੇ ਨੂੰ ਕਹਿੰਦਾ ਬਸ ਤੂੰ ਡਨ, ਯੂ ਡਨ, ਯੂ ਡੋਨਟ ਟਰਸਟ ਮੀ, ਗੋ। ਮੈਂ ਇਹ ਵੀ ਗੱਲ ਸਹੀ ਹੈ ਕਿ ਸੱਚੀ ਕਿਸੇ ਨੇ ਬੜੇ ਖਾਸ ਜਿਹੇ ਬੰਦੇ ਨੇ ਇੱਦਾਂ ਜਾ ਕੇ ਜਿਹਨੂੰ ਤੁਸੀਂ ਇੰਨਾ ਪਿਆਰ ਕਰਦੇ ਹੋਵੋ। ਨੋ ਕਮੈਂਟ, ਨੋ ਕਮੈਂਟ, ਸੱਚੀ ਚਿੰਤਾ ਹੈਗਾ, ਸੱਚੀ ਚਿੰਤਾ ਹੈਗਾ। ਅੱਛਾ ਆ ਯਾਰ, ਆ ਵੀ ਮੈਂ ਪੁੱਛਣਾ, ਆ ਕੀ ਹੁੰਦਾ ਹੈ ਤੁਸੀਂ ਇੰਟਰਵਿਊ ਲਓ? ਅੱਛਾ ਮਤਲਬ ਅੱਛਾ ਅੱਛਾ, ਬਚਪਨ ਦੇ ਵਿੱਚ ਖੇਡਦੇ ਖੇਡਦੇ ਜਦੋਂ ਤੁਸੀਂ ਬਚਪਨ 'ਚ ਛੋਟੇ ਸੀਗੇ, ਹਾਂਜੀ, ਖੇਡਦੇ ਖੇਡਦੇ ਕੋਈ ਇਹੋ ਜਿਹੀ ਸ਼ਰਾਰਤ ਹੋਈ ਹੋਵੇ, ਕੋਈ ਇਹੋ ਜਿਹੀ ਸ਼ਰਾਰਤ ਤੁਸੀਂ ਕੀਤੀ ਹੋਵੇ ਛੋਟੇ ਹੁੰਦਿਆਂ ਜਿਹਦੀ ਤੁਸੀਂ ਉੱਥੋਂ ਮੁੜ ਕੇ ਭੱਜ ਕੇ ਆ ਗਏ ਹੋਵੋ ਅਤੇ ਘਰ ਆ ਕੇ ਤੁਹਾਡੀ ਸ਼ਿਕਾਇਤ ਘਰ ਪਹੁੰਚ ਗਈ ਮੰਮੀ ਪਾਪਾ ਕੋਲ, ਠੀਕ ਆ, ਅਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਮੁੰਡਾ ਤਾਂ ਇਹ ਕਰਕੇ ਆਇਆ, ਔਰ ਤੁਹਾਨੂੰ ਉਸ ਤੋਂ ਬਾਅਦ ਇੰਨੀਆਂ ਕੁ ਗਾਲਾਂ ਪਈਆਂ ਜਾਂ ਕੁੱਟਿਆ ਜਾਂ ਕੁਛ ਵੀ ਇੱਦਾਂ ਦਾ ਬਚਪਨ ਦੇ ਵਿੱਚ ਕੋਈ ਇਹੋ ਜਿਹੀ ਸ਼ਰਾਰਤ ਕੀਤੀ ਤੁਸੀਂ? ਸ਼ਰਾਰਤਾਂ ਬਹੁਤ ਕੀਤੀ। ਕੋਈ ਇਹੋ ਜਿਹੀ ਜਿਹੜੀ ਤੁਹਾਨੂੰ ਅੱਜ ਤੱਕ ਯਾਦ ਆ ਵੀ ਆਹ ਸ਼ਰਾਰਤ ਮੈਂ ਇਹੋ ਜਿਹੀ ਕੀਤੀ ਸੀ ਬਈ, ਸੱਚੀ ਕਟਾਪਾ ਦਾ ਬਹੁਤ ਚੜਿਆ ਸੀ ਮੇਰਾ? ਵੈਸੇ ਕੁੱਟ ਕੁੱਟ ਤਾਂ ਨਹੀਂ ਪਈ ਮੈਨੂੰ, ਇੱਕ ਵਾਰ ਨਾ ਅਸੀਂ ਫੁੱਟਬਾਲ ਖੇਡਦੇ ਸੀ, ਫੁੱਟਬਾਲ, ਅਤੇ ਇੱਧਰ ਬੀਹੀ ਇੱਧਰ ਜਾ ਰਹੀ ਹੈ ਅਤੇ ਆਹ ਖੋਲਿਆ ਵਿੱਚ ਫੁੱਟਬਾਲ ਖੇਡਦੇ ਸੀ, ਉਹ ਮੈਨੂੰ ਫੁੱਟਬਾਲ ਸੱਟਿਆ, ਉਹਨੇ ਮੈਂ ਜੋਰ ਨਾ ਮਾਰੀ ਫੁੱਟਬਾਲ ਇੱਦਾਂ ਘੁੰਮ ਗਿਆ, ਇੱਥੇ ਬੁੜੀ ਆ ਰਹੀ ਸੀ ਵੀ ਲੱਗਾ ਬੁੜੀ ਡੈਗ ਪਈ, ਮੈਂ ਇੱਕ ਵਾਰ ਦੇਖਿਆ ਮੈਂ ਲੱਗਦਾ ਵੀ ਬੁੜੀ ਗਈ, ਮੈਂ ਦੋ ਵਾਰੀ ਘਰ ਵਾਲ ਨੂੰ ਦੇਖਿਆ, ਦੋ ਵਾਰ ਇੱਧਰ ਦੇਖਿਆ, ਮੈਂ ਕੂਤੇ ਦੌੜ ਗਿਆ, ਸਾਰਾ ਦਿਨ ਕੂਤਾ ਨਹੀਂ ਮੜ ਗਿਆ। ਕੁੜੀ ਨਹੀਂ ਲੰਬੀ ਵੀ ਵਧੀਆ, ਬੁੜੀਆਂ ਬਥੇਰੀਆਂ ਮਿਲੀਆਂ ਪਰ ਮੈਂ ਨਹੀਂ ਮਿਲਿਆ ਉਹਨਾਂ ਨੂੰ। ਆਏ ਆਏ ਆਹ ਗੱਲ ਕਰਤੀ ਨਾ, ਮੈਂ ਹੀ ਨਹੀਂ ਮਿਲਿਆ ਉਹਨਾਂ ਨੂੰ। ਅੱਛਾ ਹੁਣ ਕੁੜੀਆਂ ਦੀ ਗੱਲ ਹੋਈ ਆ ਅਤੇ ਕੁੜੀਆਂ ਨੂੰ ਲੈ ਕੇ ਤੁਹਾਡੀ ਕੋਈ ਇਹੋ ਜਿਹੀ ਮਿਸਕਨਸੈਪਸ਼ਨ, ਕੋਈ ਭੁਲੇਖਾ ਸੀਗਾ ਜਦੋਂ ਤੁਸੀਂ ਆਪਾਂ ਕਹਿੰਦੇ ਨਾ ਕਿ ਮਿਡਲ ਏਜ ਵਿੱਚ ਜਦੋਂ ਬੰਦਾ ਜਵਾਨ ਹੋਣਾ ਸ਼ੁਰੂ ਹੁੰਦਾ ਆ ਉਦੋਂ ਹੋ ਜਾਂਦਾ ਵੀ ਕੁੜੀਆਂ ਇੱਦਾਂ ਦੀਆਂ ਹੁੰਦੀਆਂ, ਕੁੜੀਆਂ ਇੱਦਾਂ ਦੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਜਦੋਂ ਤੁਸੀਂ ਪੂਰੇ ਤਰੀਕੇ ਨਾਲ ਤਗੜੇ ਵਾਲੇ ਜਵਾਨ ਹੋ ਗਏ ਜਾਂ ਹੋਣ ਦੀ ਗੱਲ ਕਰੀਏ ਹੈ ਨਾ, ਫਿਰ ਉਹ ਭੁਲੇਖਾ ਤੁਹਾਡਾ ਦੂਰ ਹੋ ਗਿਆ ਕੁੜੀਆਂ ਨੂੰ ਲੈ ਕੇ? ਕੁੜੀ ਮੁੰਡੇ ਦਾ ਝਗੜਾ ਜੀ, ਚਾਹੇ ਛੋਟੀ ਉਮਰ ਹੋਵੇ ਚਾਹੇ ਵੱਡੀ ਉਮਰ ਹੋਵੇ, ਇਹ ਚੱਲਦਾ ਹੀ ਹੈ ਅਤੇ ਚੱਲਦੇ ਰਹਿਣਾ ਹੈ। ਕੋਈ ਭੁਲੇਖੇ ਆ, ਭੁਲੇਖਾ ਤਾਂ ਨਹੀਂ ਦੂਰ ਹੁੰਦਾ, ਜਿਹੜੀਆਂ ਕੁੜੀਆਂ ਦੀ ਯਾਦ ਅਤੇ ਸ਼ੱਕਾਂ ਦੀ ਕੋਈ ਤੁਹਾਡੀ ਕੋਈ ਇਹੋ ਜਿਹੀ ਯਾਦ ਜਿਹੜੀ ਤੁਸੀਂ
ਕਹਿਣਾ ਦੱਸਣਾ ਚਾਹੋ ਕਿ ਕੋਈ ਇਹੋ ਜਿਹੀ ਚੀਜ਼ ਸੀ ਜਾਂ ਇਹੋ ਜਿਹਾ ਪਲ ਹਰ ਇੱਕ ਦੀ ਜ਼ਿੰਦਗੀ 'ਚ ਹੁੰਦਾ ਆ ਹੈ ਨਾ ਟੀਨੇਜ ਦੇ ਵਿੱਚ ਜਾਂ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਤੁਸੀਂ ਆਪਣੀ ਉਮਰ ਵਧਦੀ ਉਮਰ ਹੁੰਦੀ ਗਈ ਇਹੋ ਜਿਹੀ ਕੋਈ ਤੁਹਾਡਾ ਕੋਈ ਇਹੋ ਜਿਹਾ ਮੋਮੈਂਟ ਸੀਗਾ ਜਾਂ ਇਹੋ ਜਿਹੀ ਕੋਈ ਚੀਜ਼ ਸੀ ਜਿਹੜੀ ਤੁਸੀਂ ਹਮੇਸ਼ਾ ਯਾਦ ਰੱਖਦੇ ਹਾਂ ਅਤੇ ਯਾਦ ਰਹਿੰਦੀ ਹੈ ਤੁਹਾਨੂੰ ਕਦੀ ਭੁੱਲ ਨਹੀਂ ਸਕਦੇ ਹੋ ਕੈਂਟ ਮੂਮੈਂਟ ਇਨ ਮਾਈ ਲਾਈਫ ਹੈ ਨਾ ਹਾਂ ਕੈਂਟ ਮੂਮੈਂਟ ਬ੍ਰਿਟਿਸ਼ ਮਿਊਜ਼ਿਕ ਅਵਾਰਡ ਸੀਗਾ ਆ ਡੋ ਇਵਨ ਨੋ ਮੈਨੂੰ ਅਵਾਰਡ ਮਿਲੂਗਾ ਤਿੰਨ ਗਾਣੇ ਤਿੰਨ ਅਵਾਰਡ ਮੈਨੂੰ ਮਿਲੇ ਐਂਡ ਆਮ ਥੈਂਕਸ ਕਰਦਾ ਜਿੰਨੇ ਵੀ ਇੰਗਲੈਂਡੀਆਂ ਨੇ ਮੈਨੂੰ ਵੋਟ ਕੀਤੀ ਉਹਨਾਂ ਦਾ ਥੈਂਕਸ ਕਰਦਾ ਵੈਸੇ ਉਹਨਾਂ ਅਵਾਰਡਾਂ ਦਾ ਮੈਂ ਕੋਈ ਹੱਕਦਾਰ ਨਹੀਂ ਹੈਗਾ ਕਰਕੇ ਮੈਂ ਆਪ ਬੇਸੁਰਾ ਸਿੰਗਰ ਹਾਂ ਮੈਂ ਬੇਸੁਰਾ ਹਾਂ ਨਹੀਂ ਕਰਕੇ ਮੈਂ ਸਿੱਖਿਆ ਨਹੀਂ ਮੈਂ ਬਾਥਰੂਮ ਸਿੰਗਰ ਹਾਂ ਸੁਪਨੇ ਚ ਆਏ ਬ੍ਰੇਕ ਤਾਂ ਲੈਣੀ ਹੁੰਦੀ ਆ ਫਿਰ ਹੁਣ ਬ੍ਰੇਕ ਤੁਸੀਂ ਲਓਗੇ ਲਓ ਜੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਪਹਿਲਾ ਸਾਡਾ ਸੈਗਮੈਂਟ ਫਿਨਿਸ਼ ਹੋ ਗਿਆ ਆਈ ਵਿਲ ਓ ਬ੍ਰੇਕ ਆ ਗਈ ਮੈਂ ਆ ਗਈ ਮੈਂ ਆ ਗਈ ਲੈ ਕੇ ਗੈਰੀ ਸੰਧੂ ਨੂੰ ਵਾਪਸ ਆ ਗਈ ਲੱਗਦਾ ਆ ਗਈ ਤੂੰ ਚੰਦ ਹੁੰਦੇ ਨਾ ਗੈਰੀ ਸੰਧੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੁੜ ਤੋਂ ਹਾਏ ਆ ਕਰੇ ਹੱਥਾਂ ਮੜਾ ਦਾ ਫਿਰ ਆਏ ਹੁਣ ਆਪਾਂ ਜਿੱਦਾਂ ਤੁਸੀਂ ਕਿਹਾ ਕਿ ਪਹਿਲਾ ਸੈਗਮੈਂਟ ਹੋ ਗਿਆ ਜੀ ਸਾਡਾ ਕੰਪਲੀਟ ਨਾ ਹੁਣ ਆਪਾਂ ਦੂਜੇ ਸੈਗਮੈਂਟ ਦੀ ਕਰਨੀ ਸ਼ੁਰੂਆਤ ਆਪਣੇ ਪਿਟਾਰਾ ਨਾਲ ਓਕੇ ਠੀਕ ਹੈ ਤੇ ਪਿਟਾਰਾ ਨੂੰ ਤੁਸੀਂ ਇਹਨੂੰ ਮੈਂ ਖੋਲੂੰਗੀ ਨਾ ਤੇ ਤੁਸੀਂ ਅੱਖਾਂ ਬੰਦ ਕਰਕੇ ਇਹਦੇ ਵਿੱਚੋਂ ਦੀ ਚੀਜ਼ਾਂ ਕੋਈ ਕੋਈ ਵੀ ਕੱਢਣੀ ਹੈ ਇੱਕ ਚੀਜ਼ ਓਕੇ ਠੀਕ ਹੈ ਹਾਂ ਫਿਰ ਉਹ ਫੀਲ ਕਰਨਾ ਮੈਂ ਕੀ ਆ ਨਹੀਂ ਅੱਛਾ ਨਹੀਂ ਫਿਰ ਉਹਦੇ ਤੇ ਮੈਂ ਤੁਹਾਨੂੰ ਦੱਸੂੰਗੀ ਪਹਿਲਾਂ ਤੁਸੀਂ ਖੇਡੋ ਤਾਂ ਸਹੀ ਠੀਕ ਹੈ ਅੱਖਾਂ ਬੰਦ ਕਰਾਂ ਹੁਣ ਮੈਂ ਹਾਂ ਅੱਖਾਂ ਬੰਦ ਕਰੋ ਪਰ ਬਚਾਓ ਵਾ ਖੁੱਲੀਆਂ ਨੇ ਤੁਹਾਡੀਆਂ ਅੱਖਾਂ ਹਾਂ ਚਲੋ ਇਹਨਾਂ ਕਈ ਬੰਦੇ ਕੁੱਟੇ ਵੀ ਜਾਂਦੇ ਆ ਸਾਗ ਵੀ ਰਗੜ ਹੁੰਦਾ ਆਹ ਦੋ ਕੰਮਾਂ ਦਾ ਮੈਨੂੰ ਪਤਾ ਬਾਕੀ ਨੀ ਪਤਾ ਦਹੀਂ ਵੀ ਤਾਂ ਰਿੜਕਦੇ ਨੇ ਮੱਖਣ ਵੀ ਕੱਢਦੇ ਨੇ ਹਨਾ ਚਲੋ ਠੀਕ ਆ ਵੀ ਉਹ ਵੀ ਪਤਾ ਲੱਗ ਗਿਆ ਬਹੁਤ ਖਤਰਨਾਕ ਹਥਿਆਰ ਆਇਆ ਇਹ ਨਾ ਮੈਂ 10 ਸਾਲ ਦੇ ਇੰਗਲੈਂਡ ਚ ਹਾਂ ਰੋਟੀਆਂ ਪਵਾਉਂਦਾ ਸੀ ਉੱਤੇ ਹੁਣ ਤੱਖਾਂ ਤੇ ਖੋਲ ਲੋ ਇਹ ਤਾਂ ਉੱਤੇ ਬਹੁਤ ਫੀਲਿੰਗ ਮਿਲੇਗਾ ਕੰਮ ਤੋਂ ਆ ਕੇ ਧੁੜਕੇ ਲਾਉਂਦਾ ਮਰ ਜਾਣਾ ਮੈਨੂੰ ਚੇਤੇ ਆਉਂਦਾ ਬੇਲਣਾ ਯੈਸ ਕਿੰਨੇ ਸਾਲ ਰੋਟੀਆਂ ਬਣਾਈਆਂ 10 ਸਾਲ ਰੋਟੀ ਬਣਾਈ ਹੁਣ ਵੀ ਕਦੀ ਕਦੀ ਤੁਹਾਨੂੰ ਦੇਖਦੇ ਹੁੰਦੇ ਅਸੀਂ ਮੈਂ ਬਣਾਉਣਾ ਹਾਲੇ ਵੀ ਪਰ ਮੇਰੇ ਰੋਟੀਆਂ ਹੁੰਦੀ ਵੱਡੀ ਵੱਡੀ ਅੱਛਾ ਜਿੱਦਾਂ ਦੇ ਉਹ ਪੂਰੇ ਤਵੇ ਜਿੱਡੀਆਂ ਹਾਂ ਤੇ ਗੋਲ ਗੋਲ ਬਣਾਉਂਦੇ ਹੋ ਵੀ ਜੇ ਤੁਸੀਂ ਸਨੈਪਚੈਟ ਦੇਖੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਦਾਂ ਬਣਾਉਣਾ ਰੋਟੀ ਐਦਾਂ ਨਹੀਂ ਜਾ ਕੇ ਤਿੱਦਾਂ ਆ ਬਣੇ ਕੀ ਹੱਥ ਆ ਗਿਆ ਮੇਰੇ ਚਲੋ ਖੋਲ ਲਓ ਤੇਰੀ ਸੰਤਰੇ ਸੰਤਰੇ ਨਹੀਂ ਹੈ ਇਹ ਕੀ ਆ ਇਹ ਟਮਾਟਰ ਹੈ ਇਧਰੋਂ ਆ ਦੇਖਣ ਨੂੰ ਸੰਤਰਾ ਲੱਗਦਾ ਹੈ ਮੈਨੂੰ ਆ ਹੈ ਪਰ ਹਰਾ ਤਾਂ ਸੰਤਰੇ ਦੀ ਹੁੰਦਾ ਟਮਾਟਰ ਦੇ ਵੀ ਤਾਂ ਹੁੰਦਾ ਹੀ ਆ ਉੱਪਰ ਆ ਰਹਾ ਪਹਿਲਾਂ ਤਾਂ ਇਹ ਨਾ ਐਰੀ ਦਾ ਮੈਂ ਬਾਅਦ ਚ ਚਲੋ ਲੈ ਕੇ ਸਨੈਪਚੈਟ ਫੋਟੋ ਪਾਉਂਗਾ ਪੁੱਛੂੰਗਾ ਟਮਾਟਰ ਕਿ ਸੰਤਰਾ ਚਲੋ ਤੁਸੀਂ ਤੁਹਾਨੂੰ ਸੰਤਰਾ ਲੱਗਿਆ ਨਾ ਪਹਿਲਾਂ ਸੰਤਰੇ ਬਾਰੇ ਕਹਿ ਦਿਓ ਫਿਰ ਟਮਾਟਰ ਬਾਰੇ ਕਹਿ ਦਿਓ ਦੋਨਾਂ ਦੀ ਕਨਫਿਊਜ਼ਨ ਸੰਤਰੇ ਜਦੋਂ ਅਸੀਂ ਸਕੂਲੇ ਜਾਂਦੇ ਨੇ ਪੰਜਵੀਂ ਕਲਾਸ ਵਿੱਚ ਉਦੋਂ ਸੰਤਰੇ ਨਹੀਂ ਗੁਣੇ ਕਰਨੇ ਹੁੰਦੇ ਯਾਰ ਉਹ ਬੜੀਆਂ ਸਵਾਦ ਹੁੰਦੀਆਂ ਨੇ ਵੈਸੇ ਟਮਾਟੇ ਉਦੋਂ ਜਦੋਂ ਘਰ ਗਰੀਬੀ ਹੁੰਦੀ ਸੀ ਟਮਾਟੇ ਖੁੱਦ ਤੋੜੇ ਖਾਈਦੇ ਠੀਕ ਹੈ ਜੀ ਇੱਕ ਵਾਰੀ ਜਿਹੜਾ ਫੜ ਲਿਆ ਛੱਲੀਆਂ ਛੱਲੀਆਂ ਅੱਛਾ ਛੱਲੀਆਂ ਹਾਇਓ ਮੇਰੇ ਡਾਡਿਆਂ ਰੱਬਾਂ ਪੈਣਾ ਤਿਆਰ ਹੋ ਕੇ ਦੋਵੇਂ ਕਿੱਥੇ ਚੱਲੀਆਂ ਛੱਲੀਆਂ ਛੱਲੀ ਬਹੁਤ ਘੈਂਟ ਕਿਸਮ ਦਾ ਜੀ ਇਹ ਇੱਕ ਪਰਮਾਣੂ ਬੰਬ ਹੈ
ਪੁੱਛੂ ਜਿਹੜਾ ਕਿ ਕਿਸਾਨਾਂ ਦੇ ਖੇਤਾਂ 'ਚ ਪਾਇਆ ਜਾਂਦਾ। ਅੱਛਾ, ਛੱਲੀ ਛੱਲੀ ਸਿਹਤ ਲਈ। ਹਾਂ, ਛੱਲੀ ਬਹੁਤ ਘੈਂਟ ਹੁੰਦੀ ਹੈ ਜੀ ਤੁਹਾਨੂੰ। ਇਹ ਸਾਡੀ ਮੇਰੀ ਸਿਹਤ ਦਾ ਰਾਜ ਜੀ, ਛੱਲੀ। ਹਲੋ ਜੀ, ਹੁਣ ਆਪਾਂ ਖੇਡਣੀ ਹੈ ਦੂਸਰੀ ਗੇਮ। ਚਲੋ ਜੀ, ਪਿਟਾਰੇ ਵਾਲੀ ਤਾਂ ਤੁਸੀਂ ਬੜੀ ਵਧੀਆ ਖੇਡੀ। ਆਏ, ਅੱਛਾ ਹੁਣ ਆਏ। ਅੱਛਾ, ਹੁਣ ਆਪਾਂ ਦੂਸਰੀ ਗੇਮ ਖੇਡਣੀ ਹੈ। ਹਾਂਜੀ, ਜਿਵੇਂ ਤੁਹਾਨੂੰ ਪਤਾ ਇੱਥੇ ਰੰਗ ਬਿਰੰਗੀਆਂ ਜੈਮਸ ਨੇ, ਸਟਰੋਂ ਨੇ। ਚਲੋ ਜੀ, ਤੇ ਇਹ ਕੁੜੀਆਂ ਬਹੁਤ ਖਿੱਚਣੀਆਂ ਇਹਨਾਂ ਨੂੰ। ਯੈਸ, ਗਿਣੋ ਗਿਣੋ, 1 2 ਮੈਂ ਸਿਹੜਨਾ, ਮੈਂ ਜ਼ਿਆਦਾ ਸੀ ਮੇਰੇ ਕੋਲ। 2 ਤੁਸੀਂ 2 ਪਾਈਆਂ, 2 ਰੱਖੋ, 1 ਰੱਖੀ ਸੀ ਮੈਂ। ਆ ਲੈ, 3 4 5 3 6 5 7 8 2 ਦੋ, 4 2 6 2 8 2 10 2 12 2 14 1 15 ਹਾਰ ਗਏ ਤੁਸੀਂ ਮੇਰੇ ਤੋਂ 3 ਪੁਆਇੰਟ। ਤੁਹਾਨੂੰ ਮਿਲਦੀਆਂ ਜੀ ਇਹ 2 ਕੌਲੀਆਂ। ਕੰਗ੍ਰੈਚੁਲੇਸ਼ਨ ਤੁਸੀਂ ਕਹੋਏ। ਹੁਣ ਆਪਾਂ ਖੇਡਾਂਗੇ ਜੀ ਚਿੜੀ ਉੱਡ ਕਾਊਂਟ। ਇਹਦੇ ਵਿੱਚ ਇੱਕ ਦੋ ਚਪੇੜੇ ਵੀ ਮਾਰਨੇ ਆ। ਬਿਲਕੁਲ, ਚਲੋ ਆ ਜਾਓ ਫਿਰ। ਐਲ ਉੱਡ, ਕੋਪ ਉੱਡ, ਕੱਦੂ ਉੱਡ, ਡੱਡੂ ਉੱਡ, ਟੈਂਕ ਓਡ। ਚਲ ਤੁਸੀਂ ਮਾਲ ਹੋ ਰਹੇ ਮਾਨੇ। ਲੂਣ ਮਿਰਚ ਮਸਾਲਾ ਨਹੀਂ ਪਾਉਣਾ? ਲੂਣ ਮਿਰਚ ਮਸਾਲਾ ਠੀਕ ਹੈ। ਹਾਂ, ਹੋਰ ਤਾਂ ਨਹੀਂ ਕੁਛ ਪਾਉਣਾ? ਉਹ ਥੱਲੀ ਓਏ, ਲਾਦਾ ਜਾਮ ਤੱਕ ਚਿੱਤਰ ਚਿੱਤਰ ਹੀ ਬਹਿਣਗੇ। ਇੱਧਰ ਵੀ ਮਾਰ ਲਓ। ਮੈਂ ਹਾਰ ਗਿਆ। ਲੁੱਡ ਯਾਰ, ਤੁਸੀਂ ਬਹੁਤ ਲੇਟ ਕਰਦੇ ਹੋ, ਤੁਸੀਂ ਤਾਂ ਲੈ ਦੱਸ ਅੱਜ ਦਾ ਥੋੜੀ ਹੁੰਦਾ। ਮੈਂ ਸੋਚ ਕੇ ਕਰਾਂਗਾ ਨਾ। ਚਲੋ ਆ ਜਾ, ਚਿੜੀ ਉੱਡ, ਗਾਉਂਡ ਗਾਉਂਡ, ਕੈਮਰਾ ਉੱਡ। ਆ ਜਾ ਫਿਰ, ਹੋਲੀ ਮਾਰਿਓ। ਇਹ ਉਹ ਮੁੰਦਰੀਆਂ ਵੀ ਪਾਈਆਂ ਨੇ। ਕੋਈ ਨਹੀਂ, ਇੱਧਰ ਪਾਸੇ ਮਾਰ ਦਾਂਗਾ। ਇਹਦੇ ਲਾਗੇ ਕਰੋ, ਲਾਗੇ ਹੋਲੀ ਮਾਰਿਓ, ਇੱਧਰ ਇੱਧਰ ਲਾਗੇ ਲਾਗੇ। ਕਿਹਦੇ ਨਾਲ ਲਾਗੇ ਲਾਗੇ ਹੱਥ ਲਿਆ, ਥੋੜ੍ਹਾ ਜਿਹਾ ਮੈਂ ਰੱਖਦਾ। ਯਾਰ ਇੱਦਾਂ ਡਰਾਓ ਨਾ, ਜੇ ਮਾਰਦੀ ਹੈ ਤਾਂ ਮਾਰੋ। ਹਰ ਕੇ ਥੋੜ੍ਹਾ ਪੈਂਦੀ ਹੁੰਦੀ ਹੈ। ਇੱਧਰ ਰੱਖੋ ਸਿੱਧਾ ਹੱਥ। ਹਾਂ, ਕੋਈ ਗੱਲ ਨਹੀਂ, ਚਲੋ ਮਾਫ ਕੀਤਾ। ਹੁਣ ਆਪਾਂ ਬ੍ਰੇਕ ਲੈ ਲਈਏ ਦੂਸਰੀ, ਆਪਣੀ ਹੈਸ਼ਟੈਗ ਵਾਲੀ ਬ੍ਰੇਕ। ਚਲੋ, ਅੱਧਾ ਹੈਸ਼ਟੈਗ ਗੈਰੀ ਦਾ ਤੇ ਅੱਧਾ ਹੈਸ਼ਟੈਗ ਸ਼ੌਂਕਨ ਦਾ, ਪੂਰਾ ਪੂਰਾ ਆਪੇ ਜੋੜ ਲਿਓ। ਬ੍ਰੇਕ ਤੋਂ ਬਾਅਦ ਅਸੀਂ ਆ ਗਏ ਮੁੜ ਕੇ, ਬ੍ਰੇਕ ਤੋਂ ਬਾਅਦ ਅਸੀਂ ਆ ਗਏ ਮੁੜ ਕੇ, ਆ ਗਏ ਆ ਗਏ। ਅੱਛਾ ਗੈਰੀ, ਕਿਵੇਂ ਦਾ ਲੱਗ ਰਿਹਾ ਇੰਨੇ ਥੱਪੜ ਮਾਰ ਕੇ ਹੱਥ ਤੇ? ਠੀਕ ਨਹੀਂ ਲੱਗ ਰਿਹਾ, ਕੁੜੀਆਂ ਦੇ ਨਹੀਂ ਮਾਰਨਾ ਚਾਹੀਦਾ। ਚਲੋ, ਪਰ ਗੇਮ ਪਰ ਅੱਜ ਕੱਲ ਮੈਂ ਸੁਣਿਆ ਜਿੱਦਾਂ ਟੀਵੀ ਤੇ ਆਉਂਦਾ, ਚੈਨਲ ਤੇ ਆਉਂਦਾ, ਕੁੜੀ ਮੁੰਡੇ ਚ ਕੋਈ ਫਰਕ ਨਹੀਂ। ਕੋਈ ਫਰਕ ਨਹੀਂ, ਮੇਰੇ ਪੈ ਗਈਆਂ ਦੋ, ਤੁਹਾਡੇ ਪੈ ਗਈਆਂ, ਸਭ ਬਰਾਬਰ ਸਭ ਬਰਾਬਰ। ਚਲ ਠੀਕ ਆ। ਅੱਛਾ, ਕਹਿੰਦੇ ਆ ਕੀ ਹੈ ਨਾ, ਰੀਅਲ ਲਾਈਫ ਤੇ ਰੀਲ ਲਾਈਫ। ਹਾਂ, ਈ ਤੇ ਏ ਦਾ ਫਰਕ ਆ। ਰੀਅਲ ਲਾਈਫ ਤੇ ਰੀਲ ਰੀਲ ਜਿਹੜੀ ਰੀਲਾਂ ਹੁੰਦੀਆਂ। ਹਾਂ, ਮਤਲਬ ਜੇ ਚੱਪਾ ਕੰਮ ਕਰਦੇ ਆ ਨਾ, ਉਹ ਵਾਲੀ। ਦੋਨਾਂ ਚ ਕਾਫੀ ਫਰਕ ਹੁੰਦਾ ਆ। ਬਹੁਤ ਫਰਕ ਆ, ਬਹੁਤ ਫਰਕ ਆ ਹਨਾ। ਕੁਝ ਲੋਕ ਰੀਅਲ ਚ ਵੀ ਉਹੋ ਜਿਹੇ ਹੁੰਦੇ ਨੇ, ਕੈਮਰੇ ਦੇ ਪਿੱਛੇ ਵੀ ਉਹੋ ਜਿਹੇ ਹੁੰਦੇ ਨੇ ਤੇ ਕੈਮਰੇ ਦੇ ਅੱਗੇ ਵੀ ਉਹੋ ਜਿਹੇ ਹੁੰਦੇ ਨੇ ਹਨਾ। ਤੇ ਕਈ ਕਈਆਂ ਚ ਬਹੁਤ ਫਰਕ ਹੁੰਦਾ, ਕਈ ਬਿਲਕੁਲ ਅਲੱਗ ਹੀ ਹੁੰਦੇ ਨੇ ਵੀ ਉਹਨਾਂ ਨੂੰ ਕੈਮਰੇ ਅੱਗੇ ਕੁਝ ਹੋਰ। ਹਾਂ, ਕੈਮਰੇ ਦੇ ਰੀਲ ਵਿੱਚ ਕੁਝ ਹੋਰ। ਹਾਂ, ਕੈਮਰੇ ਦੇ ਪਿੱਛੇ ਕੁਝ ਹੋਰ, ਕੈਮਰੇ ਦੇ ਅੱਗੇ ਕੁਝ ਹੋਰ। ਕੈਰੀ ਕਿਹੋ ਜਿਹਾ ਹੈ? ਮੈਂ ਤਾਂ ਲੱਗਦਾ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਦਾ, ਪਰ ਜੋ ਮੈਂ ਇਹੀ ਰਹਿਣਾ ਇਹੀ ਰਹਿਣਾ ਤਾਂ ਇਹੀ ਚਾਹੁੰਦਾ, ਜੋ ਰੀਲ ਦੇ ਵਿੱਚ ਉਹ ਰੀਅਲ ਵਿੱਚ ਰਹਾਂ। ਸੋ ਆਟ ਫਾਈ ਮੈਂ ਬੈਸਟ, ਜੋ ਮੈਂ ਰੀਅਲ 'ਚ ਹਾਂ ਮੈਂ ਉਹ ਰੀਅਲ 'ਚ ਰਹਾਂ, ਜੋ ਰੀਅਲ 'ਚ ਹਾਂ ਉਹ ਮੈਂ ਰੀਅਲ 'ਚ ਰਹਿੰਦਾ।
ਪਰ ਐਪ ਵੀ ਯੂ ਨੋ ਸਾਰੇ ਬੰਦੇ ਕੋ ਕੁਛ ਕਈ ਵੇਲੇ ਪਰਸਨਲ ਪ੍ਰੋਬਲਮ ਹੁੰਦੀਆਂ ਮੇਰੇ ਸੇਮ ਬੰਦਿਆਂ ਵਰਗਾ ਮੈਂ ਲਾਇਕ ਤੁਸੀਂ ਲਾਇਕ ਕੈਮਰੇ ਵਾਲੇ ਟੀ ਵੀ ਵਾਲੇ ਜੋ ਵੀ ਦੇਖ ਰਹੇ ਦਰਸ਼ਕ ਉਹਨਾਂ ਵਰਗਾ ਤਾਂ ਕਈ ਵੇਲੇ ਪਰ ਮੈਂ ਤੁਹਾਡੇ ਵਰਗਾ ਸਾਰਿਆਂ ਵਰਗਾ ਕਹਿੰਦੇ ਕਿੰਨਾ ਸਮਾਂ ਬਦਲਦਾ ਰਹਿੰਦਾ ਹਾਂਜੀ ਤੁਸੀਂ ਅੱਜ ਕਿਉਂ ਰਹੇ ਹੋ ਯੂ ਨੋ ਜਦੋਂ ਬ੍ਰੇਕ ਫਿਨਿਸ਼ ਹੁੰਦੀ ਮੈਨੂੰ ਹੱਸਣਾ ਹੀ ਪੈਂਦਾ ਕੋਈ ਧੱਕਾ ਨਹੀਂ ਹੈ ਖੁੱਲ ਕੇ ਹੱਸਣਾ ਇਹ ਖੁੱਲ ਕੇ ਹੱਸ ਰਿਹਾ ਮੈਂ ਅੱਛਾ ਕਹਿੰਦੇ ਨਾ ਸਮਾਂ ਬਦਲਦਾ ਰਹਿੰਦਾ ਹੈ ਹਾਂਜੀ ਤੇ ਕਦੀ ਚੰਗਾ ਕਦੇ ਮਾੜਾ ਮਤਲਬ ਹਰ ਇੱਕ ਦਾ ਬਦਲਦਾ ਨਾ ਚੰਗਾ ਰਹਿੰਦਾ ਨਾ ਮਾੜਾ ਰਹਿੰਦਾ ਗੈਰੀ ਦਾ ਕੋਈ ਇਹੋ ਜਿਹਾ ਟਾਈਮ ਸੀਗਾ ਮਤਲਬ ਬੜਾ ਔਖਾ ਸੀਗਾ ਤੇ ਉਸ ਟਾਈਮ 'ਚੋਂ ਗੈਰੀ ਨੇ ਆਪਣੇ ਆਪ ਨੂੰ ਕਿਵੇਂ ਕੱਢਿਆ ਕਿਉਂਕਿ ਬਹੁਤ ਜਣੇ ਹੁੰਦੇ ਨੇ ਕਿ ਆਪਣੇ ਉਸ ਟਾਈਮ 'ਚੋਂ ਨਹੀਂ ਨਿਕਲ ਪਾਉਂਦੇ ਗੈਰੀ ਨੇ ਕੀ ਸੋਚਿਆ ਮੈਂ ਅਨਪੜ੍ਹ ਬੰਦਾ ਹਾਂ ਮੈਂ ਆਪਣੇ ਆਪ 'ਤੇ ਮੈਨੂੰ ਬਿਲੀਵ ਸੀ ਮੈਂ ਆ ਕੈਨ ਡੂ ਸਮਥਿੰਗ ਯੂ ਨੋ ਇਕੱਲਾ ਇਕੱਲੇ ਨੇ ਸੁੱਤੇ ਰਹਿਣਾ ਕਿੰਨੇ ਕਿੰਨੇ ਦਿਨ ਕੰਮ ਵੀ ਕਰਨਾ ਇਕੱਲੇ ਨੇ ਕਿਸੇ ਨੂੰ ਬੁਲਾਉਣਾ ਨਹੀਂ ਬਟ ਆਈ ਬਿਲੀਵ ਇਨ ਮਾਈਸੈਲਫ ਆ ਕੈਨ ਡੂ ਸਮਥਿੰਗ ਜੇ ਮੈਂ ਕਰ ਸਕਦਾ ਕੋਈ ਵੀ ਕਰ ਸਕਦਾ ਤੁਸੀਂ ਆ ਆਪਣੇ ਆਪ ਨੂੰ ਮਾੜੇ ਟਾਈਮ 'ਚ ਲੈ ਕੇ ਜਾ ਸਕਦੇ ਹਾਂ ਆਪਣੇ ਆਪ ਨੂੰ ਚੰਗੇ ਟਾਈਮ 'ਚ ਲੈ ਕੇ ਜਾ ਸਕਦੇ ਹਾਂ ਪਰਮਾਤਮਾ ਨੂੰ ਧਿਆਵੋ ਲੁੱਕ ਆਫਟਰ ਯੋਰ ਫੈਮਿਲੀ ਬਿਲੀਵ ਇਨ ਯੂਰਸੈਲਫ ਯੂ ਕੈਨ ਡੂ ਐਨੀਥਿੰਗ ਫੇਸਬੁੱਕ ਚਲਾਉਂਦੇ ਹੋ ਆਪਣੀ ਫੇਸਬੁੱਕ ਨਹੀਂ ਮੈਂ ਚਲਾਉਂਦਾ ਕਰਕੇ ਮੇਰੇ ਫੇਸਬੁੱਕ ਮੇਰੀ ਮੈਨੇਜਮੈਂਟ ਟੀਮ ਚਲਾਉਂਦੀ ਆ ਫੇਸਬੁੱਕ ਹੋ ਗਈ ਓਲਡ ਹੁਣ ਉਹ ਪੈਸੇ ਮੰਗਦੇ ਆ ਸਾਡੇ ਹੁਣ ਮੈਂ ਚਲਾਉਣਾ ਸਨੈਪਚੈਟ ਅਤੇ ਇੰਸਟਾਗ੍ਰਾਮ ਅੱਛਾ ਚਲੋ ਜਿਹੜਾ ਵੀ ਤੁਸੀਂ ਚਲਾਉਂਦੇ ਹੋ ਰੱਬ ਦਾ ਇੱਕ ਮੈਸੇਜ ਆਉਂਦਾ ਤੁਹਾਨੂੰ ਰੱਬ ਦਾ ਮੈਸੇਜ ਆਉਂਦਾ ਰੱਬ ਮੈਨੂੰ ਪੁੱਛਦਾ ਤੂੰ ਘਰ ਨੂੰ ਕਦੋਂ ਆਉਣਾ ਮੈਂ ਦੱਸਦਾ ਮੈਂ ਆਉਣ ਵਾਲਾ ਮੈਂ ਕੱਲ੍ਹ ਆਊਂਗਾ ਨਾ ਨਾ ਇੱਦਾਂ ਨਹੀਂ ਹੁੰਦਾ ਨਹੀਂ ਨਹੀਂ ਮੈਂ ਫਿਰ ਤੁਸੀਂ ਗਲਤ ਲੈ ਗਏ ਨਾ ਮੇਰੀ ਮਾਂ ਦਾ ਫੋਨ ਆਉਂਦਾ ਮੈਂ ਕਦੋਂ ਆਉਣਾ ਤੂੰ ਘਰ ਨੂੰ ਅੱਛਾ ਹਾਂ ਮੈਂ ਫਿਰ ਕਹਿੰਦਾ ਕੱਲ੍ਹ ਆਊਂਗਾ ਅੱਛਾ ਆਏ ਹਾਏ ਅੱਛਾ ਰੱਬ ਦਾ ਤੁਹਾਨੂੰ ਸਨੈਪਚੈਟ ਇੰਸਟਾਗ੍ਰਾਮ ਜੋ ਵੀ ਤੁਸੀਂ ਚਲਾਉਂਦੇ ਨਾ ਇੱਕ ਮੈਸੇਜ ਆਉਂਦਾ ਤੁਹਾਨੂੰ ਕਿ ਗੈਰੀ ਤੂੰ ਇੱਕ ਵਿਸ਼ ਮੰਗਣੀ ਆ ਜਿਹੜੀ ਸਾਰੀ ਉਮਰ ਤੇਰੇ ਨਾਲ ਰਵੇ ਇੱਕ ਵਿਸ਼ ਹਾਂ ਇੱਕ ਵਿਸ਼ ਮੰਗਣੀ ਮੈਂ ਤੁਹਾਨੂੰ ਤਿੰਨ ਆਪਸ਼ਨਸ ਦਊਂਗੀ ਉਹਦੇ ਵਿੱਚੋਂ ਰੱਬ ਤੁਹਾਨੂੰ ਆਪਸ਼ਨਸ ਦੇ ਰਿਹਾ ਹੈ ਓਕੇ ਆ ਜਾ ਫਿਰ ਠੀਕ ਹੈ ਆ ਜਾ ਕਿ ਵੀ ਉਹ ਸਾਰੀ ਉਮਰ ਤੁਹਾਡੇ ਨਾਲ ਰਹਿਣ ਓਕੇ ਫੈਨਸ ਐਂਡ ਟੈਲੈਂਟ ਫੈਨਸ ਐਂਡ ਮਨੀ ਫੈਨਸ ਐਂਡ ਫੈਮਿਲੀ ਫੈਨਸ ਐਂਡ ਫੈਮਿਲੀ ਕੀ ਬਾਤ ਹੈ ਅਸਲ 'ਚ ਆਪਣੀ ਕਮਾਈ ਕਦੋਂ ਕਰਨੀ ਸ਼ੁਰੂ ਕੀਤੀ ਸੀ ਘਰਦਿਆਂ ਨੇ ਘਰ ਤੱਕ ਹੈਲਪ ਕੀਤੀ ਕਿ ਬਸ ਉਹ ਐਂਡ ਸੀ ਉਸ ਤੋਂ ਬਾਅਦ ਗੈਰੀ ਨੇ ਆਪਣੀ ਕਮਾਈ ਸ਼ੁਰੂ ਕਰ ਦਿੱਤੀ ਬਾਬਾ ਯੰਗ ਏਜ ਚਲੇ ਗਏ ਬਾਹਰ ਅਤੇ ਪਹਿਲੀ ਵੀਕ ਮੈਨੂੰ 180 ਪਾਉਂਡ ਮਿਲੇ ਸੀ ਅੱਛਾ ਹਾਂ ਆਈ ਥਿੰਕ ਮੇਰਾ ਭਰਾ ਵੀ ਉੱਥੇ ਸੀਗਾ ਆਈ ਥਿੰਕ ਅੱਧੇ ਪੈਸੇ ਸੀ ਉੱਥੇ ਗੁਰਦੁਆਰਾ ਸਾਹਿਬ ਚੜ੍ਹਾਤੇ ਸੀਗੇ ਅਤੇ ਅੱਧੇ ਪੈਸੇ ਸੀ ਇੱਥੇ ਪਿੱਛੇ ਗੁਰਦੁਆਰਾ ਸਾਹਿਬ ਭੇਜੇ ਸੀ ਤਾਂ ਆਈ ਥਿੰਕ ਯੰਗ ਏਜ ਸੀ ਮੈਂ ਦੱਸਣਾ ਨਹੀਂ ਕਿੰਨੀ ਯੰਗ ਏਜ ਸੀ ਯੰਗ ਏਜ ਸੀ ਹੁਣ ਵੱਡਾ ਹੋ ਗਿਆ ਮੈਂ ਅੱਛਾ ਚਲੋ ਠੀਕ ਹੈ ਜੀ ਹੁਣ ਆਪਣੇ ਸਵਾਲਾਂ ਖਤਮ ਹੁੰਦੇ ਨੇ ਹਾਂਜੀ ਠੀਕ ਹੈ ਹੁਣ ਤੁਹਾਡੇ ਕਿਹੜੇ ਗੀਤ ਤੁਸੀਂ ਲੈ ਕੇ ਆ ਰਹੇ ਹੋ ਜਾਂ ਕਿਸੇ ਫਿਲਮ 'ਚ ਵੀ ਆ ਰਹੇ ਹੋ ਉਹ ਸਾਨੂੰ ਦੱਸ ਆਈ ਥਿੰਕ ਥੋੜ੍ਹੇ ਆਉਣ ਵਾਲੇ ਜਿਹੜੇ ਗਾਣੇ ਆ ਸਾਰੇ ਮੈਂ ਆਪਦੇ ਲਿਖੇ ਗਾਵਾਂਗਾ ਹੁਣ ਪਹਿਲਾਂ ਵੀ ਜਦੋਂ ਮੇਰੀ ਪਹਿਲੀ ਐਲਬਮ ਆਈ ਸੀ ਮੇਰੇ ਆਪਦੇ ਲਿਖੇ ਸੀਗੇ ਫਿਰ ਜਿਹੜਾ ਮੈਨੂੰ ਗਾਣਾ ਵਧੀਆ ਲੱਗਦਾ ਮੈਂ ਨਵੇਂ ਨਵੇਂ ਰਾਈਟਰਾਂ ਤੋਂ ਲੈਂਦਾ ਰਿਹਾ ਅਤੇ ਦੋ ਚਾਰ ਘੈਂਟ ਰਾਈਟਰਾਂ ਦੇ ਵੀ ਗਾਣੇ ਮੇਰੇ ਕੋਲ ਪਏ ਆ ਉਹ ਕਰਾਂਗਾ ਮੂਵੀ ਦਾ ਦੇਖਦੇ ਹਾਂ ਮੇਬੀ ਦਿਸ ਈਅਰ ਕੁਛ ਕਰਾਂਗੇ ਪਰ ਮੈਂ ਇੱਦਾਂ ਨਹੀਂ ਕਹਿੰਦਾ ਮੈਂ ਕਰਨੀ ਹੈ ਦੋ ਤਿੰਨ ਗੱਲਾਂ ਦੋ ਬੰਦੇ ਨਾਲ ਚੱਲਦੀਆਂ ਜੇ ਗੱਲ ਬਣ ਗਈ ਤਾਂ ਫਿਰ ਕਰਾਂਗੇ ਮੂਵੀ ਐਕਟਰ ਬਣਾਂਗੇ ਫਿਰ ਦੁਬਾਰੀ ਅੱਛਾ ਹੁਣ ਪਿਟਾਰਾ ਟੀਵੀ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਿਟਾਰਾ ਟੀਵੀ ਨੂੰ ਤੁਹਾਡੀ ਵੀ ਆਉਣ ਵਾਲੀ ਫਿਲਮ ਚਲਾਉਣੀ ਹੈ ਹਾਂਜੀ ਸ਼ੌਂਕਣ ਫਿਲਮਾਂ ਦੇ ਲਈ ਇੱਕ ਬਹੁਤ ਘੈਂਟ ਮੈਸੇਜ ਹੈ ਪਿਟਾਰਾ ਚੈਨਲ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰੇ ਟੱਬਰ ਨੂੰ ਅਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਹਾਡਾ ਚੈਨਲ ਬਾਲਾ ਉੱਪਰ ਜਾਵੇ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਗੈਰੀ ਥੈਂਕ ਯੂ ਸੋ ਮੱਚ ਅਤੇ ਫਿਰ ਜੇਕਰ ਤੁਸੀਂ ਵੀ ਆਪਣੇ ਫੇਵਰੇਟ ਸਲੈਬਸ ਨੂੰ ਮਿਲਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਵੀ ਆਉਣਾ ਪਏਗਾ ਸ਼ੌਂਕਣ ਦੇ ਸੁਪਨੇ ਦੇ ਵਿੱਚ ਤਦ ਤੱਕ ਵੀ #ਸ਼ੌਂਕਣ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ